ਨਾ ਖੂਨਾਂ ਨਾਲ ਮੇਰੀ ਨਹੀਂ ਬਣਦੀ। ਇਹ ਪ੍ਰੋਫੈਸ਼ਨਲ ਜਿਹੜੇ ਲੋਕ ਨੇ ਬਾਜ਼ਾਰੀ ਕਿਸਮ ਦੇ, ਜਿਨ੍ਹਾਂ ਇਸ ਸ਼ੋਭੇ ਨੂੰ ਪਾਕੀਜ਼ਾ ਸ਼ੋਭੇ ਨੂੰ ਕਾਰੋਬਾਰ ਬਣਾਇਆ, ਉਹਨਾਂ ਨਾਲ ਮੇਰੀ ਨਹੀਂ ਬਣਦੀ। ਇਹਨਾਂ ਦੱਸਿਆ ਕਿਬਲਾ ਕਾਰੀ ਸਾਹਿਬ ਦਾ, ਸ਼ਾਹ ਸਾਹਿਬ ਨੇ ਫਰਮਾਇਆ ਮੈਂ ਕਿਹਾ ਜੀ ਫਿਰ ਨਾ ਸ਼ਰੀਫ ਅਸੀਂ ਕਿਉਂ ਨਹੀਂ ਸੁਣਨਾ। ਬਾਅਦ ਲੋਕ ਦੇ ਸਮੇਂ ਮੀਆਂ ਤਨਵੀਰ ਨਾ ਸ਼ਰੀਫ ਮਾਜ ਅੱਲਾ ਖਿਲਾਫ ਹੈ, ਬਈ ਅਸੀਂ ਨਾ ਸ਼ਰੀਫ ਤੇ ਸਾਡਾ ਈਮਾਨ ਹੈ। ਮੈਂ ਨਾ ਸ਼ਰੀਫ ਮੇਰਾ ਈਮਾਨ ਹੈ, ਹਜ਼ੂਰ ਦੀ ਨਾ ਸ਼ਰੀਫ ਤੋਂ ਬਗੈਰ ਸਾਡਾ ਹੈ ਕੀ, ਪਰ ਨਾ ਹੋਵੇ ਤੇ ਸਹੀ ਨਾ, ਨਾ ਸ਼ਰੀਫ ਹੋਵੇ ਤੇ ਨਾ ਸ਼ਰੀਫ ਪੜ੍ਹੀ ਜਾਵੇ। ਅਸੀਂ ਤੇ ਕਦਮਾਂ 'ਚ ਬਹਿਣ ਵਾਲੇ ਲੋਕ ਹਾਂ, ਸਰਕਾਰ ਦੀ ਨਾ ਸ਼ਰੀਫ ਸੁਣਨ ਵਾਸਤੇ ਕਦਮਾਂ 'ਚ ਬਹਿਣ ਵਾਲੇ ਲੋਕ ਹਾਂ। ਤੁਸੀਂ ਤੁਹਾਨੂੰ ਪਤਾ ਮੈਂ ਐਡੀ ਛੇਤੀ ਕਿਸੇ ਨੂੰ ਕੁਰਸੀ ਨਹੀਂ ਦਿੰਦਾ, ਕੁਰਸੀ ਅੱਜ ਕੱਲ੍ਹ ਦਿੱਤੀ ਵੀ ਨਹੀਂ ਜਾਂਦੀ। ਇਹ ਸਰਕਾਰ ਦੀ ਨਾ ਦੀ ਅਜ਼ਮਤ ਹੈ, ਹਜ਼ੂਰ ਦੇ ਸਨਾ ਖਾਨ ਦੀ ਕਦੋਂ ਨਾ ਸ਼ਰੀਫ ਪੜ੍ਹੀ ਹੈ, ਲੱਗਦਾ ਹੈ ਕਿ ਨਾ ਸ਼ਰੀਫ ਦਾ ਅਸਰ ਹੁੰਦਾ ਦਿਲਾਂ 'ਤੇ। ਸਮਝ ਆਉਂਦੀ, ਫਿਰ ਬੰਦਾ ਮਦੀਨੇ ਵੱਲ ਤਵੱਜੋ ਕਰਦਾ। ਅਤੇ ਨਾਤ ਖਾਂ ਵੀ ਹੋਵੇ ਨਾ, ਸ਼ਕਲ ਵੀ ਨਾਤ ਖਾਂ ਵਾਲੀ ਹੋਵੇ, ਸ਼ਕਲ ਵੇਖ ਕੇ ਹੀ ਸਵਾਦ ਆ ਜਾਂਦਾ, ਅਤੇ ਜਿਹਨਾਂ ਦੀ ਮੁੱਠੀ ਵੇਖ ਕੇ ਉਲਟੀ ਆ ਜਾਏ, ਥੱਬਾ ਥੱਬਾ ਮੇਕਅਪ ਥੱਪਿਆ ਹੁੰਦਾ, ਅਤੇ ਮੰਮੀ ਡੈਡੀ ਬਣ ਕੇ ਉੱਥੇ ਪਾਰਲਰ ਤੋਂ ਤਿਆਰ ਹੋ ਕੇ, ਅਤੇ ਮਾਂ ਦੀ ਸ਼ਲਵਾਰ ਪਹਿਨ ਦਾ ਦੁਪੱਟਾ ਅਤੇ ਬੀਬੀ ਦੀ ਕਮੀਜ਼ ਅਤੇ ਚਮਕ ਛਲੋ ਬਣ ਕੇ ਮਦੀਨੇ ਚਲੀ। ਐਵੇਂ ਦੀਆਂ ਲੋਕਾਂ ਤੋਂ ਸਾਨੂੰ ਨਫ਼ਰਤ ਹੈ, ਸਾਡਾ ਮਿਜ਼ਾਜ ਹੀ ਨਹੀਂ ਹੈ। ਨਾ ਸ਼ਰੀਫ ਪੜ੍ਹਨੀ ਹੈ ਤਾਂ ਫਿਰ ਚਿਹਰੇ ਤੇ ਨਬੀ ਪਾਕ ਦੀ ਸੁਨਤ ਹੋਵੇ, ਬੰਦਾ ਬਾ ਵਜ਼ੂ ਹੋਵੇ, ਤੇ ਜਿਹਨੇ ਬਾਹਰੋਂ ਸਿਗਰਟ ਪੀ ਕੇ ਚਰਸ ਪੀ ਕੇ ਆ ਕੇ, ਮੈਨੂੰ ਪਤਾ ਮੇਰੇ ਕੋਲ ਸ਼ਵਾਹਿਦ ਨੇ ਕਿਹੜਾ ਕਿਹੜਾ ਕਿੰਨ ਕਿੰਨ ਗਲੇ ਦੀਆਂ ਖਿੜਕੀਆਂ ਚਲਾਉਂਦਾ, ਮੈਂ ਇਸ ਮਾਸ਼ ਵਿੱਚ ਨਹੀਂ, ਮੇਰਾ ਇਹਨਾਂ ਨੂੰ ਵਾਹ ਪੈਂਦਾ, ਮੈਂ ਕੋਈ ਪਾਗਲ ਹਾਂ ਅਤੇ ਐਵੇਂ ਹੀ ਇਹਨਾਂ ਦੇ ਪਿੱਛੇ ਡੰਡਾ ਲੈ ਕੇ ਚੜੇ ਹਾਂ। ਉਹਦੀ ਵਜ੍ਹਾ ਹੀ ਹੈ ਬਈ ਪੁਲੂਸ ਕੋਈ ਨਹੀਂ, ਡਰਾਮੇ ਬਾਜ਼ੀ ਨਾ, ਅਤੇ ਤੁਹਾਨੂੰ ਵੀ ਉਹ ਇੰਜ ਦੀ ਕਿ ਨਾ ਸ਼ਰੀਫ ਤੁਹਾਨੂੰ ਤੁਹਾਡੇ ਤੋਂ ਮੁਰਾਦ ਆਵਾਮ ਆਲੇ ਸੁਣਨ ਜਿਹਦੇ 'ਚ ਅਤੇ ਨਾ ਦਿਖਾਂ ਤੁਹਾਨੂੰ ਨਚਾਵੇ ਨਾ, ਹੈਂ ਉਹ ਤੁਹਾਨੂੰ ਵੀ ਨਾਤ ਲੱਗਦੀ ਕਰਦੀ ਆ। ਆਵਾਮ ਆਲੇ ਸੁਣਨ ਦਾ ਜਿਹੜਾ ਮਾਹੌਲ ਹੈ, ਅੱਗੇ ਅੰਦਰ ਬਹਿ ਗਿਆ ਸੀ ਪਏ ਰੋਣਾ ਲਾਉਂਦੇ ਸਾਂ ਬਈ, ਚਲੋ ਜਿਹੜੇ ਆਉਂਦੇ ਨੇ ਛਿੱਲੜ ਲੈਂਦੇ ਨੇ ਉਹਨਾਂ ਦਾ ਤਾਂ ਕਸੂਰ ਹੈ ਹੀ, ਅਤੇ ਜਿਹੜੇ ਬੁਲਾਉਂਦੇ ਨੇ ਤੁਹਾਨੂੰ ਡਬਲ ਡਾਂਗਾ ਫੇਰਨੀਆਂ ਚਾਹੀਦੀਆਂ, ਕਿਉਂ ਉਹਨਾਂ ਮੌਲਵੀਆਂ ਨੂੰ, ਕਿਉਂ ਉਹਨਾਂ ਨਾਥ ਫੂਨਾਂ ਨੂੰ, ਕਿਉਂ ਉਹਨਾਂ ਨਕੀਬਾਂ ਨੂੰ ਸੱਦਿਓ ਜਿਹੜੇ ਦਲਾਲ ਨੇ ਜਾਂ ਪੈਸੇ ਮੰਗਦੇ ਨੇ, ਨਾ ਸੱਦੋ। ਤੁਸੀਂ ਤੁਸੀਂ ਕੀ ਜਾਣਦੇ ਹੋ, ਅਸੀਂ ਉਸ ਮੌਲਵੀ ਨੇ ਸੱਦਾ ਜਿਹੜੀ ਫੇਸਬੁੱਕ 'ਤੇ ਬੜਾ ਚੜ੍ਹਿਆ, ਫੇਸਬੁੱਕ ਵਾਲਾ ਮੌਲਵੀ ਸੱਦਿਆ ਤਾਂ ਕਾਵੇ ਦਾ ਆਵਾ ਵਿਗੜਿਆ ਸਜਣੋ, ਬੰਦਾ ਕਰੇ ਕੀ। ਸੁਣਿਓ ਇੰਨੀਆਂ ਮਹਿਫਿਲਾਂ ਹੁੰਦੀਆਂ ਨੇ, ਤੁਸੀਂ ਵੀ ਜਾਣਦੇ ਹੋ ਜੀ ਹੁੰਦੀਆਂ ਨੇ, ਅਤੇ ਮਸਜਿਦਾਂ ਦੀ ਨਮਾਜ਼ ਹੀ ਕਿਉਂ ਨਹੀਂ ਬੋਲਦੇ ਨੇ, ਚਿਹਰਿਆਂ ਦੇ ਦਾੜੀ ਸ਼ਰੀਫ ਕਿਉਂ ਨਹੀਂ ਹੁੰਦੀ, ਝੂਠ ਕਿਉਂ ਨਹੀਂ ਛੱਡਦੇ, ਧੋਖਾ ਕਿਉਂ ਨਹੀਂ ਛੱਡਦੇ, ਨੀਵਤ ਕਿਉਂ ਨਹੀਂ ਛੱਡਦੇ, ਇੰਨੀਆਂ ਮਹਿਫਿਲਾਂ ਹੁੰਦੀਆਂ ਯਾਰ। ਮਹਿਫਲੇ ਜ਼ਿਕਰ ਮੁਸਤਫਾ ਦੀ ਬਰਕਤ ਦਾ ਕੋਈ ਇਨਕਾਰ ਹੈ ਨਹੀਂ ਹੈ, ਬਿਲਕੁਲ ਹਜ਼ੂਰ ਦੇ ਜ਼ਿਕਰ ਦੀ ਬਰਕਤ ਮੁਸਲਮਾ ਹੈ, ਲੇਕਿਨ ਭਾਂਡਾ ਵੀ ਤਾਂ ਸਿੱਧਾ ਕਰਨਾ ਹੈ ਕਿ ਨਹੀਂ, ਭਾਂਡਾ ਮੂਧਾ ਪਿਆ ਰਹੇ, ਪਿਆਲਾ ਮੂਧਾ ਹੋਵੇ, ਦਿਆਂ ਦੇ ਪਾਇਆ ਕੁਝ ਨਹੀਂ ਪਾਏ ਕੁਝ ਨਹੀਂ, ਉਹ ਪਿਆਲਾ ਤਾਂ ਤੂੰ ਸਿੱਧਾ ਕਰਨਾ ਹੈ ਨਾ, ਪਿਆਲਾ ਤੂੰ ਸਿੱਧਾ ਕਰ, ਪਿਆਲਾ ਸਿੱਧਾ ਹੀ ਨਹੀਂ ਕਰਦੇ, ਦਿਲ ਦਾ ਪਿਆਲਾ ਕੋੜਾ,
इस दिल के प्याले से दुनिया बड़ी है, दुनिया की हिरस, दुनिया की हवस, दुनिया का लालच, दुनिया का तमा, यह बड़िया है। प्याला सीधा ही नहीं, हजूर का कर्म कितने पैना है? जिन्हें प्याले सीधे किए ने बड़े नहीं शेरे रब्बा ने, जिन्हें प्याले सीधे किए ने बड़े नहीं ख्वाजा अमीरुद्दीन, जिन्हें प्याले सीधे किए ने कोई बाबा फरीद है, कोई मेहर अली है, कोई गौसे जली है, कोई दाता अली है, इन्हों लोग प्याले सीधे किए ने, फिर रब की रहमत छम छम वसती रही। प्याले सीधे करो थोड़े दिन दिन दिल की दुनिया बदल जाएगी। इन्होंने प्रोफेशनल लोगों को जान छुड़ाओ, जेड़ा मौलवी आखिया 40,000 लावे 30,000 मेरे कमरे चलाओ 25,000 कराओ, उन्होंने को मौलवी जी कहा ही रहो। तुम ये बाई काट करो, जो मौलवी भुखे ना मरे तो मैनू फड़ लिया, इन्होंने थोड़े तरले कर लेने खुदा वास्ते एक बार शामिल। हुण तुसी तरले करदे हो ना, ते जदों तुसां इन्हां प्रोफेशनल मौलवियां दा बाइकाट कीता, फिर इन्हां तरले करदे सानूं इक वारी सद लो। इस वास्ते सजणों, तुसी सुनी अवाम मेरी, अवाम तुहाडे तों मुराद अवामियां ने सुनत, तुसी चंगे हो गए। ये हुण मैं नहीं कहना कि मैनूं सद लिया जिस वास्ते चंगे हो, पर मैं अल्लाह दे फजल करीम करम नाल मैं मंगता नहीं, गुनाहगार मैं हाँ, शाहकार मैं हाँ, मेरे नाम तुम सारे चंगे, अमल मेरे पल्ले कोई नहीं, कख मेरे कख जोगा नहीं। मैं बस सरकार के कर्म का सहारा है, लेकिन ये वे अल्लाह के फजलों करम ना मैं दीन बेचना नहीं। मैं रब रसूल का जिक्र, रब रसूल की रजा वास्ते कर लो, बस यो दा करम है मेरे ते। और दुआ करो अल्लाह करीम है, ये हमेशा मेरा ये वतीरा रवे, और अल्लाह का हमेशा करम और नबी का करम मेरे सामने हाल रवे। लोग समझते हैं पता नहीं अमिया तनवीर साढ़े खिलाफ है, ते इहनूं कोई मतलब दे वे साढ़े तो कोई दुख है, और मैं तो तुहाडे भले की गल करना। दुनिया किन्नी कमाल हो गया, मैं राती चंडीगढ़ साहब मैंने एक मौली साहब बयान दे सन, मैं तुसी दे चले हो, मैं 10 करोड़ रुपए का मैं मालिक बन गया, मेरी प्रॉपर्टी है। मैं क्या भाई मैं करोड़ नहीं चाहिए, मैं तो मुस्तफा दे दर की गदाई चाहिए। तनवीर मरे तो मैं मर के भी नहीं मरना।
चैनल भी आन जाने वाली शह ने बस सरकार की अकीदत और अपना अकीदा ना छड़े अकाबिर का अकीदा चैनल तो बह के भी कई बेड़े गर्क हो गए अपने अकाबिर के अकीदे भुल गए जमहूर के अकीदे भुल गए अल्लाह अपने हबीब दे सदके सानू आले सुन्नत दे अकीदे ते जिंदा रखे और इस अकीदे दी मौत ता फरमाए हुण इह एक घंटा इंशाअल्लाह असां तकरीर करनी तुहाडे सिर ते खाणा ही होणा है जो 10 बज गए 9 बजे 8 बजे वैसे मैं पैकेज रखे हुए 8 बजे लाओ ते 10 बजे तक 2 घंटा 8:30 लाओ ते 1.5 घंटा 9 बजे लाओ ते 1 घंटा तो तुम हम लाए 10 बजे टाइम का फारक हो गई है तो फिर फजर की नमाज सौखी पड़ी जाती हाँ टाइम का फारक हो के घर जाके गुआक घड़ी ला ले जिन्हें कोई उठ के तहजुद पढ़नी हो तहजुद भी पढ़ ले अल्लाह भी कर ले राजा ही महफिल हो सुबह फजर की नमाज ना पढ़ी जाए कोई फायदा कोई फायदा अल्लाह दुरूस्त पढ़ो।